ਹੁਸ਼ਿਆਰਪੁਰ 'ਚ ਲਗਾਤਾਰ ਕਾਂਗਰਸ ਪਾਰਟੀ ਨੂੰ ਝਟਕੇ ਤੇ ਝਟਕਾ ਲੱਗਦਾ ਹੀ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਜਿੱਥੇ ਹਾਲ ਹੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਸੀ, ਉੱਥੇ ਹੀ ਅੱਜ ਵਿਧਾਨ ਸਭਾ ਹੁਸ਼ਿਆਰਪੁਰ ਦੇ ਯੂਥ ਆਗੂ ਜਤਿੰਦਰ ਕੁਮਾਰ ਭੋਲੂ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਗਿਆ। ਪ੍ਰੈਸ ਕਲੱਬ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਵੁਕ ਹੁੰਦਿਆਂ ਜਤਿੰਦਰ ਕੁਮਾਰ ਭੋਲੂ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਹੁਣ ਕਾਂਗਰਸ ਨਾ ਹੋ ਕੇ ਅਰੋੜਾ ਕਾਂਗਰਸ ਬਣ ਚੁੱਕੀ ਹੈ, ਕਿਉਂਕਿ ਮੰਤਰੀ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਟਿਕਟਾਂ ਦੇ ਕੇ ਖੁਸ਼ ਕੀਤਾ ਜਾ ਰਿਹਾ ਹੈ, ਜਦਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਮਿਹਨਤੀ ਵਰਕਰਾਂ ਨੂੰ ਅਣਦੇਖਾ ਕੀਤਾ ਗਿਆ ਹੈ। ਭੋਲੂ ਨੇ ਦੱਸਿਆ ਕਿ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਜਦੋਂ ਸੀਨੀਅਰ ਆਗੂਆਂ ਨਾਲ ਚੰਡੀਗੜ੍ਹ ਜਾ ਕੇ ਮਿਲਦੇ ਨੇ ਤਾਂ ਉਹਨਾਂ ਵੱਲੋਂ ਵੀ ਵਰਕਰਾਂ ਦਾ ਕੋਈ ਸਾਥ ਨਹੀਂ ਦਿੱਤਾ ਜਾਂਦਾ ਅਤੇ ਟਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ, ਜਿਸ ਤੋਂ ਦੁਖੀ ਹੋ ਕੇ ਉਹਨਾਂ ਵੱਲੋਂ ਪਾਰਟੀ 'ਚੋਂ ਅਸਤੀਫਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜਲਦੀ ਉਹ ਆਪਣੇ ਵਾਰਡ ਵਾਸੀਆਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜਤਿੰਦਰ ਕੁਮਾਰ ਭੋਲੂ ਮੇਰਾ ਕਾਂਗਰਸ ਪਾਰਟੀ ਵਿੱਚ ਵਿਧਾਨ ਸਭਾ ਪ੍ਰਧਾਨ ਆ, ਯੂਥ ਪ੍ਰੈਜੀਡੈਂਟ ਇਲੈਕਟਡ ਪ੍ਰਧਾਨ ਆ ਜੀ ਮੈਂ ਵਿਧਾਨ ਸਭਾ ਹੁਸ਼ਿਆਰਪੁਰ। ਸਰਕਾਰ ਨੇ ਇਹ ਜੀ ਅਰੋੜਾ ਸਾਹਿਬ ਹੁਣੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਮੈਂ ਸਰ ਯੂਥ ਪ੍ਰੈਜੀਡੈਂਟ ਇਲੈਕਟਡ ਪ੍ਰਧਾਨ ਹਾਂ। ਆਪਾਂ ਸਰ 2014 ਤੋਂ ਸਰ ਮੈਂ ਪਾਰਟੀ ਵਿੱਚ ਕੰਮ ਕਰਦਾ ਆ ਰਿਹਾ, 2014 ਤੋਂ ਮੈਂ ਪਾਰਟੀ ਵਿੱਚ ਕੰਮ ਕਰਦਾ ਰਿਹਾ, ਪਹਿਲਾਂ ਐਜ਼ ਏ ਵਰਕਰ, ਫਿਰ ਮੈਂ ਅਹੁਦੇ 'ਤੇ ਕੰਮ ਕੀਤਾ। ਸਾਡੀ ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ। ਅੱਜ ਮੈਂ ਸਾਥੀਆਂ ਸਮੇਤ ਯੂਥ ਕਾਂਗਰਸ ਦੀ ਟੀਮ ਸਮੇਤ ਅਸਤੀਫਾ ਦੇ ਰਿਹਾ। ਅਰੋੜਾ ਸਾਹਿਬ ਹੁਣੀ ਇੰਡੀਅਨ ਨੈਸ਼ਨਲ ਕਾਂਗਰਸ ਨਹੀਂ ਰਹਿਣ ਦਿੱਤੀ, ਇਹਨਾਂ ਨੇ ਅਰੋੜਾ ਕਾਂਗਰਸ ਬਣਾ ਦਿੱਤੀ। ਕਿਸ ਕਾਰਨ ਤੁਸੀਂ ਅਸਤੀਫਾ ਦੇ ਰਹੇ ਹੋ? ਮੇਰੇ ਅਸਤੀਫਾ ਦੇਣ ਦਾ ਕਾਰਨ ਇਹ ਹੈ ਜੀ, ਮੈਂ ਵਿਧਾਨ ਸਭਾ ਪ੍ਰਧਾਨ ਹਾਂ, ਮੈਨੂੰ ਇੱਕ ਟਿਕਟ ਨਹੀਂ ਮੈਨੂੰ ਜੀ ਦਿੱਤੀ ਗਈ। ਮੈਨੂੰ ਪਿਛਲੀ ਵਾਰ ਵੀ ਹਾਂਜੀ ਸਰ, ਪਿਛਲੀ ਵਾਰ 2014 ਵਿੱਚ ਇਲੈਕਸ਼ਨ ਲੜਿਆ ਐਮ ਸੀ ਦਾ ਜੀ, ਮੈਂ ਉਦੋਂ ਵੀ ਟਿਕਟ ਕੱਟੀ ਗਈ, ਮੈਂ ਆਜ਼ਾਦ ਲੜਿਆ ਜੀ ਇਲੈਕਸ਼ਨ। ਉਦੋਂ ਸਰ ਆਪਣੇ ਪੰਡਿਤ ਗੁਰਦਾਸ ਨਾਥ ਜੀ ਲੜੇ ਸੀਗੇ ਜੀ। ਉਦੋਂ ਪਿਛਲੀ ਵਾਰ 532 ਵੋਟਾਂ ਜਿਹੜੇ ਜਿੱਤੇ ਸੀਗੇ ਮੇਰੀ, 516 ਵੋਟਾਂ, 16 ਵੋਟਾਂ ਹਾਰਿਆ, ਮੇਰਾ ਰਾਈਟ ਬਣਦਾ ਸੀਗਾ ਮੇਰਾ ਜੀ, 16 ਵੋਟਾਂ ਨਾਲ ਹਾਰਿਆ। ਅਤੇ ਹੁਣ ਜੀ ਮੈਂ ਵਿਧਾਨ ਸਭਾ ਪ੍ਰਧਾਨ ਵੀ ਹਾਂ, ਸਾਡੀਆਂ ਮੰਨ ਲਓ ਖਬਰਾਂ ਲੱਗ ਰਹੀਆਂ ਵੱਡੀਆਂ ਵੱਡੀਆਂ, ਜਾਖੜ ਸਾਹਿਬ ਲਾ ਰਹੇ ਆ ਯੂਥ ਨੂੰ ਟਿਕਟਾਂ ਦੇਵਾਂਗੇ, ਅੱਗੇ ਲੈ ਕੇ ਆਵਾਂਗੇ। ਸਾਡੇ ਰਾਹੁਲ ਜੀ ਕਹਿ ਰਹੇ ਆ ਯੂਥ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਅੱਗੇ ਰੱਖਾਂਗੇ, ਯੂਥ ਕਾਂਗਰਸ ਰੀੜ ਦੀ ਹੱਡੀ ਆ। ਦੱਸੋ ਕਿੱਥੇ ਗਈ ਯੂਥ ਕਾਂਗਰਸ? ਮੈਂ ਸਰ ਇਲੈਕਸ਼ਨ ਬਿਲਕੁਲ ਲੜੂੰਗਾ ਜੀ, ਜੋ ਜਨਤਾ ਦਾ ਫੈਸਲਾ ਹੋਊਗਾ। ਅੱਜ ਸ਼ਾਮ 6 ਵਜੇ ਮੇਰੇ ਘਰ ਮੀਟਿੰਗ ਆ, ਇਲਾਕਾ ਨਿਵਾਸੀ ਵਾਰਡ ਨੰਬਰ 28 ਦੇ ਇਲਾਕਾ ਨਿਵਾਸੀ ਇਕੱਠੇ ਹੋ ਰਹੇ ਆ, ਜੋ ਜਨਤਾ ਦਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਆ ਜੀ। ਇਹ ਸਰ ਜਨਤਾ ਦਾ ਫੈਸਲਾ ਹੈ ਜੀ, ਜਨਤਾ ਕਹੂੰਗੀ ਆਜ਼ਾਦ ਲੜ ਲਓ, ਮੈਂ ਆਜ਼ਾਦ ਲੜੂੰਗਾ। ਜਨਤਾ ਦਾ ਜੋ ਵੀ ਡਿਸੀਜਨ ਹੋਊਗਾ ਮੇਰੇ ਸਿਰ ਮੱਥੇ ਜੀ, ਜਨਤਾ ਦੇ ਸਿਰ 'ਤੇ ਸਰ ਮੈਂ ਵੱਡਾ ਹਾਂ, ਜਨਤਾ ਦੇ ਸਿਰ 'ਤੇ ਪ੍ਰਧਾਨ ਹੈਗਾ ਹਾਂ, ਉਹਨਾਂ ਦਾ ਜੋ ਫੈਸਲਾ ਹੋਊਗਾ ਮੇਰੇ ਸਿਰ ਮੱਥੇ ਆ, ਮੈਨੂੰ ਮਨਜ਼ੂਰ ਹੈ ਜੀ। ਅਰੋੜਾ ਕਾਂਗਰਸ ਨੂੰ ਮੈਂ ਇਹ ਅਲਰਟ ਕਰਨਾ ਚਾਹੁੰਦਾ ਹਾਂ, ਜੋ ਇਹ ਕਾਂਗਰਸ ਪਾਰਟੀ ਨਾਲ ਵਧੀਕੀਆਂ ਕਰ ਰਿਹਾ ਆ ਆਪਣੀ ਮਰਜ਼ੀ ਨਾਲ, ਜਿਹੜੇ ਪੁਰਾਣੇ ਕਾਂਗਰਸੀ 25-30 ਸਾਲ ਤੋਂ ਕੰਮ ਕਰਦੇ ਆ ਰਹੇ ਸੀਗੇ, ਉਹਨਾਂ ਦੀ ਟਿਕਟਾਂ ਕੱਟ ਕੇ ਨਵੇਂ ਬੰਦੇ ਟਿਕਟਾਂ ਦੇ ਰਿਹਾ ਆ। ਬ੍ਰਹਮ ਸ਼ੰਕਰ ਜਿੰਪਾ ਜੀ ਉਹਨਾਂ ਨੂੰ ਚੇਅਰਮੈਨ ਨਹੀਂ ਉਹਨਾਂ ਨੂੰ ਮਿਲੀ ਸੀਗੀ, ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਕੀਤੀ, ਸਾਡੀ ਨੌਲੇਜ ਆ ਚੁੱਕਾ ਆ, ਉਹਨੇ ਕੋਈ ਕਮਿਟਮੈਂਟ ਨਹੀਂ ਕੀਤੀ ਸੀਗੀ ਕਿ ਮੈਨੂੰ ਚੇਅਰਮੈਨ ਨਹੀਂ ਦੇ ਰਹੇ, ਮੈਂ ਐਮ ਸੀ ਨਹੀਂ ਲੜੂੰਗਾ। ਇਹ ਸਿਰਫ ਅਰੋੜਾ ਸਾਹਿਬ ਹੁਣੀ ਧੋਖਾ ਕਰ ਰਹੇ ਆ ਪਾਰਟੀ ਵਰਕਰਾਂ ਨਾਲ, ਇਹਨਾਂ ਦਾ ਹਰਜਾਨਾ ਅਰੋੜਾ ਸਾਹਿਬ ਨੂੰ 2022 ਵਿੱਚ ਭੁਗਤਣਾ ਪਊਗਾ। ਸਰ ਜਿੰਪਾ ਜੀ ਉਹਨੇ ਤਾਂ ਸਾਫ਼ ਕਹਿਤਾ ਲਫ਼ਜ਼ਾਂ 'ਚ ਕਿ ਮੈਨੂੰ ਮੇਅਰ ਦੀ ਕੋਈ ਲੋੜ ਨਹੀਂ, ਮੈਂ ਸਿਰਫ ਇਲੈਕਸ਼ਨ ਲੜਨਾ ਆ, ਪਾਰਟੀ ਲਈ ਕੰਮ ਕਰਨਾ ਆ, ਪਾਰਟੀ ਨੇ ਗਰਾਊਂਡ ਲੈਵਲ 'ਤੇ ਜੁੜੇ ਹੋਏ ਜਨਤਾ ਨਾਲ, ਸਿਰਫ ਮੈਨੂੰ ਇਲੈਕਸ਼ਨ ਲੜਨ ਦਾ ਮੌਕਾ ਦੇਵੋ ਨਾ। ਉਹਨਾਂ ਨੇ ਅਰੋੜਾ ਸਾਹਿਬ ਨੇ ਸਾਫ਼ ਟਿਕਟ ਕੱਟੀ ਗਈ, ਉਹਨਾਂ ਨੇ ਵੀ ਮੰਨ ਲਓ ਚੰਡੀਗੜ੍ਹ ਉਹ ਵੀ ਸਾਨੂੰ ਮਿਲੇ ਸੀਗੇ, ਉਹਨੇ ਵੀ ਹਰ ਜਗ੍ਹਾ ਅਫਸਰਾਂ ਕੋਲ ਗਏ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕਿੰਨੇ ਕੁ ਜਿਹੜੇ ਕਾਂਗਰਸੀ ਹੈਗੇ ਹੁਸ਼ਿਆਰਪੁਰ ਦੇ ਕਾਂਗਰਸ ਛੱਡ ਕੇ ਜਾ ਚੁੱਕੇ? ਆਪਣੇ 12-13 ਜਣੇ ਜਾ ਚੁੱਕੇ ਜੀ। ਜਿੰਨੇ ਸਿਰ ਕਾਂਗਰਸ ਛੱਡ ਰਹੇ ਹੋ, ਕੀ ਕੋਈ ਤੀਜੇ ਮੋਰਚੇ ਬਣਾਉਣ ਦੀ ਵੀ ਤਿਆਰੀ ਚੱਲ ਰਹੀ ਹੈ? ਪਿੱਛੇ ਦੀ ਪਰਦੇ ਦੀ ਪਿੱਛੇ ਦੀ ਕਹਾਣੀ ਕੀ ਹੈ, ਥੋੜ੍ਹਾ ਦੱਸੋ। ਸਰ ਮੰਤਰੀ ਸਾਹਿਬ ਤੋਂ ਦੁਖੀ ਹੈਗੇ ਆ, ਇਹਦਾ ਹਰਜਾਨਾ ਹੁਣ ਵੀ ਮੰਤਰੀ ਸਾਹਿਬ ਨੂੰ ਭੁਗਤਣਾ ਪਊਗਾ। ਮੈਂ ਸ਼ਰੇਆਮ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਕਮੇਟੀ ਕਿਸੇ ਵੀ ਹਾਲਤ ਨਹੀਂ ਅਸੀਂ ਬਣ ਦੇਵਾਂਗੇ, ਅਤੇ ਇਹਦੇ ਵਿੱਚ 2022 ਆ ਰਿਹਾ ਮੋਹਰੇ, ਉਹਦੇ ਵਿੱਚ ਵੀ ਅਸੀਂ ਵੱਡੇ ਲੈਵਲ 'ਤੇ ਅਸੀਂ ਵਿਰੋਧ ਵੀ ਕਰਾਂਗੇ। ਇਹਨਾਂ ਨੂੰ ਆਪਣੇ ਮੰਨ ਲਓ ਇਹ ਹਰਜਾਨਾ ਭੁਗਤਣਾ ਪਊਗਾ ਜੋ ਕੁਛ ਕਰ ਰਹੇ ਆ।